जो दिन आवे सो ਧੰਨ ਧੰਨ ਸਾ
साहिब श्री गुरु ग्रंथ साहिब जी महाराज आप जी का फरमान है जेहा चीरी लिखिया तेहा हुक्म कमाए आवे नानका सदे उठी जाए दे मां बाप अनुसार आप जी दे दर घर दे सेवक भाई साहब भाई गुरदेव सिंह जी दिती हुई श्वासा रूपी पूंजी नू भोग करके कुछ दिन पहला इस मात लोक तो पर लोक गमन कर गया मात लोक विच रहिंदिया अनेकां प्रकार दियां भुलां गलतियां हो गईं मुआफ करते हुए चरणा विच निवास पुछना 84 लाख आवा कौर तू बचाउणा पिछे परिवार साक संबंधियां नू भाणा मंडण दा बल बख्शिश करना बोले
ਪਾਤਸ਼ਾਹ ਜਦ ਭਈ ਪ੍ਰਾਪਤ ਮਾਨ ਤੇ ਹੁਰੀਆ ਗੋਬਿੰਦ ਮਿਲਣ ਕੀ ਇਹ ਤੇਰੀ ਬਣੀ। ਗੋਬਿੰਦ ਨੂੰ ਮਿਲਣ ਵਾਸਤੇ ਪੁਰਸ਼ਾ ਜਨਮ ਪਾਤਸ਼ਾਹ ਨੇ ਸਾਨੂੰ ਪੁੱਛੀ ਤਾਂ ਕਿ ਤੂੰ ਆਵਾਗਮਨ ਚੱਕਰਾਂ ਤੋਂ 84 ਲੱਖ ਜੂਨ ਦੇ ਚੱਕਰਾਂ ਦੇ ਵਿੱਚੋਂ ਨਿਕਲ ਕਰਕੇ ਉਸ ਪਰਮਾਤਮਾ ਦੇ ਵਿੱਚ ਉਸ ਵਾਹਿਗੁਰੂ ਦੀ ਜੋ ਜਲੀਲ ਹੋ ਸਕੇ ਅਪੀਲਤਾ ਉਹ ਤੇਰੀ ਹੋ ਸਕੇ। ਪੂੰਜੀ ਬਚੀ ਹੈ ਇਹਦੀ ਸੰਭਾਲ ਕਰ, ਅੰਮ੍ਰਿਤ ਵੇਲੇ ਉੱਠ ਕੇ ਵਾਹਿਗੁਰੂ ਰਾਮ ਨਾਮ ਚਰਨ ਦੇ ਨਾਲ ਜੁੜ। ਸਤਿਗੁਰੂ ਅਜੇ ਕੁਛ ਨਹੀਂ ਵਿਗੜਿਆ। ਸਤਿਗੁਰੂ ਜੀ ਬਹਾਦਰ ਸਾਹਿਬ ਮਹਾਰਾਜ ਕਹਿੰਦੇ ਅੱਜ ਹੂੰ ਕਾਸ਼ ਵਿਗੜਿਓ ਨਹੀਂ, ਜੋ ਪ੍ਰਭ ਗੁਣ ਗਾਵੈ ਕਹੋ ਨਾਨਕ ਤਹਿ ਭਜਨ ਤੇ ਨਿਰ ਪੈ ਪਰ ਪਰ ਗੁਰੂ ਪਿਆਰੇ ਨਾਮ ਨੂੰ ਜੁੜੀਏ ਸਿਮਰਤ ਨਾਲ ਆਇਆ ਹੋਇਆ ਸਫਲਾ ਹੋ ਸਕੇ। ਸਤਿਕਾਰ ਜੋ ਮਾਸਟਰ ਸੰਸਾਰ ਤੇ ਆਏ ਸੁਖਾਣੀ ਸੰਸਾਰ ਤੋਂ ਚਲੇ ਗਏ, ਗੁਰੂ ਪਿਆਰੇ ਸਾਹਿਬ ਸੁਮਾਨੇ ਪੰਥ ਨਿਹਾਲੇ ਅਸਾਂ ਵੀ ਉੱਤੇ ਜਾਣਾ, ਜਿਸ ਕਾ ਲੀਆ ਤਿਨ ਹੀ ਲੀਆ ਹੋਆ ਤਿਸੇ ਕਾ ਭਾਣਾ, ਜੋ ਤਿਨ ਘਰ ਪਾਇਆ ਆ ਕੇ ਆਇਆ ਅਸੀਂ ਵੀ ਹੁਕਮ ਕਰਿਆ ਆਹੋ ਮਿਲੋ ਤੇ ਜੋ ਸਿੱਧੜਾ ਨਾਮ ਲਿਆ ਸਰ ਸੱਚੇ ਨਾਮ ਦੇ ਨਾਲ ਜੁੜੀਏ, ਗੁਰਬਾਣੀ ਨਾਲ ਜੁੜੀਏ, ਗੁਰਬਾਣੀ ਤੋਂ ਹੋਰ ਆਸਰਾ ਲਈਏ, ਨਸ਼ਿਆਂ ਦਾ ਤਿਆਗ ਕਰਕੇ ਗੁਰੂ ਸ਼ਕਤੀ ਸਾਧ ਪ੍ਰਾਪਤ ਕਰਕੇ ਉਦੋਂ ਹਿਰਦੇ ਵਿੱਚ ਵਸਾ ਕਰਕੇ ਤਾਂ ਕਿ ਲੋਕ ਸੁੱਤੇ ਪ੍ਰਲੋਕ ਵਿੱਚ ਪ੍ਰਾਪਤ ਬੜੇ ਸਾਧ ਸਕਦੇ ਕੀ ਹੋ। ਅੱਗੇ ਜਾ ਕੇ ਨਾਮ ਦੀ ਸਹਾਇਤਾ ਕਰਨੀ ਹੈ, ਜਿਹੜਾ ਅਸੀਂ ਆਪ ਜਪਣਾ ਹੈ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨਾ ਹੈ, ਪੰਜੇ ਪਾਤਸ਼ਾਹ ਪਾਸ ਪ੍ਰਮਾਣ ਕਰਦੇ ਬਾਣੀ ਸਤਿਗੁਰੂ ਜੀ ਕਹਿੰਦੇ ਤੇਰੇ ਕਾਜ ਨਾ ਗ੍ਰਹਿਓ ਰਾਜ ਮਾਲ, ਤੇਰੇ ਕਾਜ ਨਾ ਵਿਖੇ ਜੰਜਾਲ, ਇਸ਼ਟ ਬੀਤ ਜਾਣ ਸਭ ਛੱਲੇ ਹਰ ਹਰ ਨਾਮ, ਸੰਗ ਦੇ ਵਿੱਚ ਜਿਹੜਾ ਰਾਮ ਅਸੀਂ ਜਪਣਾ ਸਾਰੀ ਦੁਨੀਆਂ ਵਿੱਚ ਪਾਣੀ ਪੜ ਕੇ ਉਸ ਦੁਆ ਕਰ, ਤੂੰ ਪਤਾ ਨਹੀਂ ਸਵੇਰੇ ਤੇਰੇ ਵਾਸਤੇ ਮੁੜ ਕੇ ਜਿਹੜੇ ਚੜ੍ਹੇ ਗਲਾਂ ਚੜ੍ਹੇ ਗੁਰੂ ਪਿਆਰ ਨਸ਼ਿਆਂ ਦਾ ਤਿਆਗ ਕਰਕੇ ਇੱਕ ਸ਼ਬਦ ਔਰ ਆਸਰਾ ਲੈ ਕੇ ਆਪਾਂ ਗੁਰੂ ਬਾਣੀ ਦੇ ਨਾਲ ਜੁੜੀਏ। ਔਰ ਸਾਰਿਆਂ ਨੂੰ ਪਾਵਨ ਸ਼ਬਦ ਯਾਦ, ਸਾਰੇ ਪੰਜ ਦਸ ਮਿੰਟ ਵਾਸਤੇ ਪਾਵਨ ਸ਼ਬਦ ਸਾਰੇ ਕੀਤਾ ਖੁਸ਼ੀ ਕਰੋ ਜੀ। ਸੱਜਣ ਅਸੀਂ ਸੜੀਆਂ ਜੋ
ਅੰਤੇ ਸਤਿਗੁਰ ਬੋਲਿਆ ਪਿੱਛੇ ਕੀਰਤਨ
ਕਰਿਓ ਨਿਰਵਾਣ ਜੀ ਬੜੀ ਸੋਹਣੀ ਬਾਣੀ ਦਾ ਪਾਗ ਬਾਣੀ ਦਾ ਮਹਾਤਮਾ ਜੀ ਵੱਲ ਮਸ਼ਨ ਕਰਨਾ ਜੀ ਪਿੱਛੇ ਪਰਿਵਾਰ ਸੁਖਸ਼ਾਂ ਦੀ ਸਮੂਹ ਪਰਿਵਾਰ ਨੂੰ ਸੰਬੰਧੀਆਂ ਸੰਤਿਕ ਜੀ ਉਹ ਭਾਣਾ ਬੰਦਾ ਦਾ ਮਸ਼ੀ ਕਰਨਾ ਔਰ ਸਾਰੇ ਪਾਰ ਸਾਰੇ ਗ੍ਰਹਿਣ ਕਰੀਏ ਸਤਿਕਾਰ ਜੋ ਭਾਈ ਸਤਿ ਸਰਵਜ ਅਰਦਾਸਾਂ ਬੇਨਤੀਆਂ ਕਰਨਗੇ ਔਰ ਕੋਈ ਵੀ ਜੀਵਾਤਮਾ ਖਾਲੀ ਨਾਲ ਹੋਏ ਸਾਰੇ ਮਿਲ ਕਰਕੇ ਆਪਣੀ ਅਰਸਨਾ ਪੁੱਤਰ ਕਰਦੇ ਹੋਏ ਆਸ਼ਾ ਕਹਿੰਦੇ ਵੀ ਰਾਮ ਬਿੰਦ ਚ ਬਿੰਦਿਆ ਹੋਵਾ ਮੁੱਖ ਪਵਿੱਤਰ ਹੋਣਾ ਕਿਉਂਕਿ ਬਾਣੀ ਪੜ੍ਹਨ ਦੇ ਨਾਲ ਕਿਸੇ ਨਿੰਦਿਆ ਚੋਰੀ ਕਰਨ ਦੇ ਨਾਲ ਪਿੱਤਰ ਦੇ ਹੁਣ ਸਾਥ ਸੰਗੇ ਜੀਓ ਆਓ ਸਤਸੰਗ ਦੇ ਵਿੱਚ ਸੁਖੀਆਂ ਕਰਦੇ ਹੋਏ ਆਪਣੀ ਹਾਜ਼ਰੀ ਆ ਗੁਰੂ ਪਾਤਸ਼ਾਹ ਚਰਨਾਂ ਵਿੱਚ ਚਲਵਾਈਏ ਗੁਰੂ ਅਮਰਦਾਸ ਜੀ ਪਾਸ਼ਾ ਉਚਾਰ ਕੀਤਾ ਹੈ ਕੀਰਤਨ ਨਾਮ ਸਾਹਿਬ ਪਾਠ ਸਾਰੇ ਮਿਲ ਕਰਕੇ ਗੈਰ ਕਰੀਏ ਔਰ ਕੋਈ ਵੀ ਸਰਵਾਨ ਜੀ ਨਾਲ ਸਾਰੇ ਮਿਲ ਕਰਕੇ ਆਪਣੇ ਸਰਵਾਨ ਤੱਕ ਕਰੀਏ ਰਾਮ ਕਰੇ ਮਹਲਾ ਤੀਜਾ ਆਨੰਦ ਗੁਣਕਾਰ ਸਭ ਸੁਸਾ ਆਨੰਦ ਪਿਆ ਮਾਏ ਵਾਹਿਗੁਰੂ ਜੀ ਕਾ
ਸਤਿਕਾਰ ਸਤਿਕਾਰ ਪੂਜਾ ਭਗਵੰਤ ਸਗਲ ਸੁਮਗੁਣ ਦੇ ਹੋਏ ਸੋ ਆਗਿਆਕਾਰੀ ਤੁਮਰੀ ਗਤ ਮਿਤ ਚੁਰਾਸੀ ਲੱਖ ਆਵਾ ਕੌਣ ਤੋਂ ਬਚਾਉਣਾ ਪਿੱਛੇ ਪਰਿਵਾਰ
ਸਾਕ ਸੰਬੰਧੀਆਂ ਨੂੰ ਭਾਣਾ ਮੰਨਣ ਦਾ ਬਲ ਬਖਸ਼ਿਸ਼ ਕਰਨਾ। ਸਮੂਹ ਪਰਿਵਾਰ ਵੱਲੋਂ ਭਾਈ ਸਾਹਿਬ ਜੀ ਦੀ ਆਤਮਕ ਸ਼ਾਂਤੀ ਰੂਹ ਦੀ ਕਲਿਆਣਤਾ ਵਾਸਤੇ ਪਰਸੋਂ ਰੋਜ਼ ਤੋਂ ਗ੍ਰਹਿ ਵਿਖੇ ਧੁਰਤੀ ਬਾਣੀ ਆਈ। ਤਿੰਨ ਸਕਲੀ ਚਿੰਤ ਮਟਾਈ ਜੀ ਦੇ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਗਏ ਸਨ। ਆਪ ਜੀ ਦੀ ਮਹਾਨ ਬਖਸ਼ਿਸ਼ ਹੋਈ ਹੈ। ਆ ਤੋਂ ਮੱਧ, ਮੱਧ ਤੋਂ ਸੰਪੂਰਨ ਭੋਗ ਪੈ ਚੁੱਕੇ ਹਨ। ਅਗਾਧ ਬੋਧ ਬਾਣੀ ਦੇ 16 ਪੈਰ ਜਾਪ ਕਰਦੇ ਹਾਂ। ਪਾਠੀ ਸਿੰਘਾਂ ਕੋਲ ਸੇਵਾ ਕਰਦੇ ਹਾਂ, ਸੇਵਕ ਪਰਿਵਾਰ ਕੋਲ ਕੀਰਤਨ ਕਰਦੇ ਹਾਂ, ਰਾਜੀ ਸਿੰਘਾਂ ਕੋਲ ਅਨੇਕਾਂ ਪ੍ਰਕਾਰ ਦੀਆਂ ਭੁਲਾ ਗਲਤੀਆਂ ਉਹ ਮੁਆਫ ਕਰਨਾ। ਅੱਗੇ ਤੋਂ ਸੁਮਤ ਬਖਸ਼ਿਸ਼ ਕਰਨੀ। ਸੇਵਕਾਂ ਵੱਲੋਂ ਆਪ ਜੀ ਨੂੰ ਸੁੰਦਰ ਪਛਾਕੇ ਪਹਿਨਾਏ ਜਾਂਦੇ ਅੰਗੀਕਾਰ ਕਰੋ। ਸੇਵਕਾਂ ਦੇ ਲੋਕ ਪ੍ਰਲੋਕ ਪਰਦੇ ਢੱਕਣੇ ਪਾਠੀ ਸਿੰਘਾਂ ਦੇ ਨਿਰਵਾਹ ਵਾਸਤੇ ਜਿਨ੍ਹਾਂ ਖਜ਼ਾਨਿਆਂ ਚੋਂ ਮਾਇਆ ਆਈ ਖਜ਼ਾਨੇ ਭਰਪੂਰ ਕਰਨਾ। ਕਾਲ ਕੰਟਕ ਦੂਰ ਕਰਨਾ। ਗੁਰਦੁਆਰਾ ਸਾਹਿਬ ਜੀ ਦੀ ਸੇਵਾ ਵਾਸਤੇ ਬਿਸਤਰਾ ਬਰਤਨ ਵਸਤਰ ਹਾਜ਼ਰ ਹਨ, ਇਹਨਾਂ ਦਾ ਭਾਵ ਵਿਛੜੀ ਰੂਹ ਨੂੰ ਬਚਾਉਣਾ। ਸਦੀਵ ਕਾਲ ਲਈ ਆਪਣੇ ਚਰਨਾ ਕਮਲਾ ਪਾਸ ਨਿਵਾਸ ਬਖਸ਼ਿਸ਼ ਕਰਨੇ। ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਕੜਾ ਪ੍ਰਸ਼ਾਦ ਦੀਆਂ ਦੇਗਾ ਲੰਗਰ ਪ੍ਰਸ਼ਾਦ ਹਾਜ਼ਰ ਹੈ। ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਲੰਗਰ। ਸਾਧ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਹੁਕਮਨਾਮੇ ਦੀ ਬਖਸ਼ਿਸ਼ ਕਰੋ। ਸੰਗਤਾਂ ਦੇ ਕਿਰਤਾਰਥ ਕਰੋ। ਸਿੱਖ ਪੜ੍ਹਦੇ ਸੁਣਦੇ ਸਰਬੱਤ ਲਾਏ ਵੰਦ ਹੋਵਣ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਭਈਆ
सले अर्पै नहीं जंकर कंचन माटी मन त्राओ नह निंदया नह कुस्तत जाकर लोभ मोह अभिमान हर का सोंगते रहे नारो नहीं माने पवनान आशा मनसा सगल त्यागल जगते रहे निरसा ब्रह्म निवासा गुर कृपा जह नरको किनी तेह ए जुगत पुछनी नानक मीन पयो गोविंद स्यो ज्यो पानी संग पानी गुर कृपा जय नरको किनी ते ए जुगत पुछनी नानक लीन पयो गोविंद स्यो जो पानी संग पानी वाहिगुरु जी का खालसा वाहिगुरु जी की फतेह बोले सोनिया सतनाम वाहिगुरु वाहिगुरु जी का खालसा वाहिगुरु जी की फतेह साहेब फरमाते ने सज्जन मैंडे रंगले जाए सुते जीरान जेड़ा जिंदगी दे रंगा का खिलाड़ी रहा वेंदे दरियावां दी रूहानी वर्गा चानण दा नजारा जदों तो उन्हें सुरत संभाली बतौर सोशल वर्कर समाज दे विच विचरिया हर उस बंदे ने काम आया जिन्हें भी उन्होंने कोई काम किया लंबा समा बच्चों को पढ़ाने नाल नाल हर तरह के समाजिक वर्तारे दे विच जिते भी लोड़ पई है उत्थे ही लाते कट के होता सरदार भुदेव सिंह वो शख्सियत सी भावे हाई स्कूल सी लेकिन प्राइमरी स्कूल दे वरांडे तिना कमरिया दे है नहीं सी ते इको वारी बेनती की ते अगले दिन ही इटा स्टा के काम शुरू करवाता हाई स्कूल ने लोड़ पी एक कमरे की उत्थे भी उन्होंने कमरा बनवाता सोशल लाइफ के बिच इन्ना दरिया के बिना विचरना अपने आप बहुत बड़ी बंदे की प्राप्ति होंगी है हर कोई अपने तक ही सीमित है पर वो बहुत वधिया बेटे बहुत वधिया भरा बहुत वधिया पति ते बहुत ही वधिया पिता के रूप च इस संसार च विचरे है सज्जना मित्रां दे नाल भी जिथे भी कितने खड़ोते है जिथे भी कितने बैठे है जिथे भी कितने किसी नाल तुरे है निकिया निकिया गल्लां करी जानियां हसी जाना हसाई जाना हमेशा ही पॉजिटिव सोच ते चढ़दी कला दे विच रहण वाला शख्स गया साढ़े हथों कोई भी ढेंदी कला का जो बंदा मिलया तो पूरे जोर नाल चढ़ती कला से आता जितने भी पक्के हरिमंदर साहब लंबा समा जाते रहे हो हर पासे सोशल लाइफ के उन्होंने अपनी जी छाप है वह छी है बेशक अज भी किसी राजनीतिक पार्टी के एजेंडे से कैंसर नाम की बीमारी नहीं है किसी भी सरकार का इसके प्रति खोजा करने कोई बजट नहीं है
कोई भी सरकार महंगी दवाइया मुद्दा नहीं बना रही। ये साडे हथों मित्र प्यारे बीमारियां करके जा रहे। अज सर्वेखण आया कि असि आम जो जिंदगी जीनी है उसमें मुतासर मेला खाना पीना आपे सहेड़िया होया, पोल्यूशन आपे सहेड़िया हुई, बाकी जड़िया कीड़े मार दवाइया असि लगातार वरत रहे हैं। पर क्योंकि सेहत प्रति सब तो वड्डा जिहड़ा योगदान हुंदा उह सरकारां दा हुंदा, सरकारां दा इन्हां मसलियां प्रति कोई ध्यान नहीं है। सज्जण प्यारे कई दुनिया छड़ के जा रहे हैं। अज एवरेज उम्र सरकार खुद डिक्लेयर कर रही है 75 साल, तो जे किसी की कोई जीवन जांच चंगी है तो 10 साल जोड़ के 85 साल जी अज उम्र वो एवरेज है। और बड़े देशों की उम्र 110 साल भी हैगी है, कई 100 साल भी हैगी, कई 90 साल भी हैगी। पर उत्थे है जिथे सरकार लोगों की सेहत का पूरा पूरा हर पक्ष को ध्यान कर दी है, उत्थे सेहत के सवाल से कोई कंप्रोमाइज नहीं। इत्थे सेहत नाल सरकार बहुत ही अपने पद्धर से जिन्ना खिलवाण कर सकती है वह खिलवाण कर रही है। सो समा यह मांग करता कि आप प्रति सरकार जगाइए ता कि भयानक बीमारियां इन्हों प्रति कोई ध्यान करद्या हो नवी खोजा करके जो बाकी बीमारियों का इलाज चंगे ढंग हो गया हो तो इस बीमारी का इलाज भी कितना ना कि वो साइंसदान जोड़े है मैडिकल साइंस के लभ लैन गए। इन्होंने अपने हल्के जो बठिंडे तो रोज गड्डी जाती राजस्थान उस गड्डी का ना ही कैंसर वाली गड्डी पै गया। पर फिर तो सरदार गुरदेव सिंह जी बड़े हरमन प्यारे हर सभा सोसायटी के मरते मजाक के तौर पर विचरन वाले मैं महसूस करता कि यहोजी शख्सियत समाज के लगातार नहीं आनियाँ कद कद योजे सज्जन जोड़े है वो समाज के विचरते हैं तो अपनिया पैड़ा जीडिया वो छड़ के जाते हैं। मिट्टी प्राइमरी स्कूल च पैनी सी और मैं एक बेनती की जिमें बराडिया की की है सब तो पहला सुरते ट्रैक्टर ट्राली लै के मैदान के आ गई सी। मैं महसूस करता कोई भी बंदा अज के समय पहला अपने बारे सोचता अपने परिवार बारे सोचता फिर कि बहुत सोचता बहुत घट बंदे इदा के लगे हुए है जेडे समुचे समाज वास्ते आले दुआले वास्ते आंढ़ गुआंढ वास्ते सोच रखते हैं। सो योजना सोचा रखने वाले सज्जन जोड़े है वो जा रहे हैं। मैं सारे जिले के पंचों वालों जिते सरदार गुरदेव सिंह जी को श्रद्धा के फुल भेट करता उत्थे परिवार नाल पूरी हमदर्दी करता हुआ सेवा का जाचक हाँ। वाहगुरु जी का खालसा वाहगुरु जी। 5000 रुपया गुरुद्वारे वास्ते 5000 पिंगल वाला अमृतसर वास्ते 2000 शमशान घाट वास्ते जो भेट किया जा रहा। वाहेगुरु जी का खालसा वाहेगुरु।